पुलिस की गिरफ्त के नौजवान बहुत ही वड्डा ठग है। इसने 50 तो वध कुड़ियां दे नाल धोखाधड़ी की है। शादी.com एक साइट है जिथे ਵਿਆਹ ਕਰਵਾਉਣ ਦੇ ਚਾਵਾਂ ਨੇ ਇੱਕ ਦੂਜੇ ਦੀ ਪ੍ਰੋਫਾਈਲ ਚੈੱਕ ਕਰਕੇ ਇੱਕ ਦੂਜੇ ਦੇ ਨਾਲ ਗੱਲਾਂ ਮਾਰਦੇ ਨੇ। ਤਾਂ ਇਸੇ ਤਰੀਕੇ ਦੇ ਨਾਲ ਇਸ ਨੌਜਵਾਨ ਨੇ shaadi.com ਤੇ ਫੇਕ ਪ੍ਰੋਫਾਈਲ ਬਣਾਈ, ਆਪਣੇ ਆਪ ਨੂੰ ਕੈਨੇਡਾ ਦਾ ਸਿਟੀਜ਼ਨ ਦੱਸਿਆ, NRI ਦੱਸਿਆ ਤੇ 50 ਤੋਂ ਵੱਧ ਕੁੜੀਆਂ ਦੇ ਨਾਲ ਸਰੀਰਕ ਸੰਬੰਧ ਬਣਾ ਲਏ, ਉਹਨਾਂ ਦੇ ਨਾਲ ਠੱਗੀ ਕੀਤੀ, ਉਹਨਾਂ ਤੋਂ ਰੋਜ਼ਾਨਾ ਪੈਸੇ ਪਵਾਉਂਦਾ ਸੀ। ਹੁਣ ਤੱਕ ਇਹ ਲੱਖਾਂ ਰੁਪਏ ਦੀ ਠੱਗੀ ਮਾਰ ਚੁੱਕਾ ਹੈ ਤੇ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਦਰਅਸਲ shaadi.com ਤੇ ਫੇਕ ਫੋਟੋਆਂ, ਹੋਰ ਵੀ ਕਈ ਚੀਜ਼ਾਂ ਅਪਲੋਡ ਕਰਕੇ ਇਸ ਨੌਜਵਾਨ ਨੇ ਆਪਣੇ ਆਪ ਨੂੰ ਕੈਨੇਡਾ ਦਾ ਸਿਟੀਜ਼ਨ ਦੱਸਿਆ, ਜਿਸ ਕਰਕੇ ਪੰਜਾਬ ਦੀਆਂ ਕੁੜੀਆਂ ਜੋ ਕਿ ਕੈਨੇਡਾ ਦੇ ਜਾਣ ਦੇ ਚਾਹਵਾਨ ਸੀਗੀਆਂ ਉਹ ਇਸ ਦੇ ਜਾਲ ਦੇ ਵਿੱਚ ਫਸ ਗਈਆਂ। ਜਾਲ ਦੇ ਵਿੱਚ ਫਸਣ ਤੋਂ ਬਾਅਦ ਇਹ ਕੁੜੀਆਂ ਨੂੰ ਆਪਦੇ ਟਿਕਾਣਿਆਂ 'ਤੇ ਬੁਲਾਉਂਦਾ ਸੀ, ਦੱਸਦਾ ਸੀ ਕਿ ਮੈਂ ਇੰਡੀਆ ਆਇਆ ਹੋਇਆ ਵਾਂ, ਪੰਜਾਬ ਆਇਆ ਹੋਇਆ, ਮੇਰੇ ਨਾਲ ਮਿਲ ਲਓ। ਅਤੇ ਇਸੇ ਤਰੀਕੇ ਦੇ ਨਾਲ ਇਹ ਉਹਨਾਂ ਕੁੜੀਆਂ ਦੇ ਨਾਲ ਸਰੀਰਕ ਸੰਬੰਧ ਬਣਾ ਲੈਂਦਾ ਸੀ, ਉਹਨਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦਾ। 50 ਤੋਂ ਵੱਧ ਕੁੜੀਆਂ ਨੂੰ ਇਹ ਨੌਜਵਾਨ ਆਪਣੀ ਹਵਸ ਦਾ ਸ਼ਿਕਾਰ ਬਣਾ ਚੁੱਕਿਆ ਹੈ। 50 ਤੋਂ ਵੱਧ ਕੁੜੀਆਂ ਦੇ ਨਾਲ ਇਹ ਗਲਤ ਕੰਮ ਕਰ ਚੁੱਕਿਆ ਹੈ ਅਤੇ ਉਹਨਾਂ ਦੇ ਕੋਲੋਂ ਲੱਖਾਂ ਰੁਪਏ ਵੀ ਠੱਗ ਚੁੱਕਿਆ ਹੈ। ਤਾਂ ਹੁਣ ਇਸ ਦਾ ਪਰਦਾ ਫਾਸ਼ ਹੋ ਗਿਆ ਹੈ, ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਖਬਰ ਉਹਨਾਂ ਲੋਕਾਂ ਦੇ ਲਈ ਹੈ ਜੋ ਆਪਣੀ ਕੁੜੀਆਂ ਨੂੰ ਬਾਹਰ ਭੇਜਣਾ ਚਾਹੁੰਦੇ ਨੇ, ਉਹ ਵੀ ਵਿਆਹ ਕਰਵਾ ਕੇ ਬਾਹਰ ਦੇ ਬੰਦੇ ਦੇ ਨਾਲ। ਤਾਂ ਦੇਖ ਲਓ ਤੁਸੀਂ ਔਨਲਾਈਨ ਕਿਵੇਂ ਠੱਗੀ ਹੁੰਦੀ ਹੈ। ਇਹ ਨੌਜਵਾਨ 50 ਤੋਂ ਵੱਧ ਕੁੜੀਆਂ ਦੇ ਨਾਲ ਗਲਤ ਕੰਮ ਕਰ ਚੁੱਕਾ ਹੈ। ਤਾਂ ਗੁਰਾਇਆ ਪੁਲਿਸ ਦੇ ਵੱਲੋਂ ਇਸ ਸ਼ਾਤਰ ਠੱਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜੋ ਕਿ ਆਪਣੇ ਆਪ ਨੂੰ ਕੈਨੇਡਾ ਦਾ ਸਿਟੀਜ਼ਨ ਦੱਸਦਾ ਸੀ। ਪ੍ਰੋਫਾਈਲ ਫੋਟੋ ਵੀ ਇਸਨੇ ਬਾਹਰ ਦੀ ਲਗਾਈ ਹੋਈ ਸੀ, ਜਿਸ ਕਰਕੇ ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦਾ ਸੀ। ਤਾਂ 50 ਤੋਂ ਵੱਧ ਕੁੜੀਆਂ ਦੇ ਨਾਲ ਇਹ ਗਲਤ ਕੰਮ ਕਰ ਚੁੱਕਾ ਹੈ, ਉਹਨਾਂ ਦੇ ਨਾਲ ਠੱਗੀ ਕਰ ਚੁੱਕਾ ਹੈ। ਦੱਸ ਦਈਏ ਕਿ ਹੁਣ ਤੱਕ ਇਸ ਦੇ ਵੱਲੋਂ 50 ਕੁੜੀਆਂ ਦੇ ਕੋਲੋਂ 60 ਲੱਖ ਰੁਪਏ ਠੱਗੇ ਜਾ ਚੁੱਕੇ ਨੇ। ਜੀ ਹਾਂ, 60 ਲੱਖ ਰੁਪਏ ਇਹ ਨੌਜਵਾਨ ਠੱਗ ਚੁੱਕਾ ਹੈ ਕੁੜੀਆਂ ਦੇ ਕੋਲੋਂ। ਕੁੜੀਆਂ ਇਸ ਦੇ ਜਾਲ ਦੇ ਵਿੱਚ ਫਸ ਜਾਂਦੀਆਂ ਸੀ। ਦੱਸ ਦਈਏ ਕਿ ਇਹ ਕੁੜੀਆਂ ਉਹ ਨੇ ਜੋ ਕਿ ਆਮ ਘਰਾਂ ਦੀਆਂ ਨੇ ਅਤੇ ਅਸਿਸਟੈਂਟ ਮੈਨੇਜਰ, ਨਰਸ, ਹੋਰ ਵੱਡੇ ਵੱਡੇ ਅਹੁਦਿਆਂ 'ਤੇ ਇੰਡੀਆ ਦੇ ਵਿੱਚ ਨੌਕਰੀ ਕਰਦੀ ਸੀ। ਬਸ ਉਹਨਾਂ ਦੇ ਸੁਪਨੇ ਸੀ ਬਾਹਰ ਜਾਣ ਦੇ, ਕੈਨੇਡਾ ਜਾਣ ਦੇ। ਤਾਂ ਇਸ ਨੌਜਵਾਨ ਠੱਗ ਦੇ ਜਾਲ ਦੇ ਵਿੱਚ ਉਹ ਫਸਦੀਆਂ ਗਈਆਂ। ਕਰੀਬ ਇੱਕ ਨਹੀਂ, ਦੋ ਨਹੀਂ, 50 ਕਰੀਬ ਕੁੜੀਆਂ ਨੂੰ ਇਸਨੇ ਆਪਣੀ ਹਵਸ ਦਾ ਅਤੇ ਠੱਗੀ ਦਾ ਸ਼ਿਕਾਰ ਬਣਾਇਆ ਹੈ। ਇਹ ਮਿਤੀ 6/12 ਨੂੰ ਸਾਨੂੰ ਇੱਕ ਲੜਕੀ ਨੇ ਆ ਕੇ ਸਟੇਟਮੈਂਟ ਰਿਕਾਰਡ ਕਰਵਾਈ ਸੀ ਕਿ ਉਸਨੇ shaadi.com ਸੋਸ਼ਲ ਸਾਈਟ ਦੇ ਉੱਤੇ ਆਪਣੀ ID ਪਾਈ ਸੀ, ਜਿਸ ਨੂੰ ਇੱਕ ਸੰਦੀਪ ਸਿੰਘ ਨਾਮ ਦੇ ਵਿਅਕਤੀ ਨੇ ਉਸ ਨਾਲ ਸੰਪਰਕ ਕੀਤਾ ਸੀ, ਜੋ ਸੰਦੀਪ ਸਿੰਘ shaadi.com ਦੀ ID ਬਣਾਈ ਹੋਈ ਆ, ਜਿਸ 'ਤੇ ਉਹ ਸੰਪਰਕ ਵਿੱਚ ਆਈ। ਤਾਂ ਉਹਨੇ ਉਸ ਨੂੰ 2-4 ਵਾਰ ਮੀਟਿੰਗ ਕੀਤੀ ਹੈ ਵੱਖ ਵੱਖ ਰੈਸਟੋਰੈਂਟਾਂ ਦੇ ਵਿੱਚ। ਉੱਥੇ ਉਹਨੇ ਇਹਦੇ ਕੋਲੋਂ ਫਿਰ ਆਪਣੇ ਪੈਸਿਆਂ ਦੀ ਡਿਮਾਂਡ ਕੀਤੀ ਆ, ਕੋਈ ਕਰੀਬ 1.5 ਲੱਖ ਰੁਪਈਆ ਇਹਦੇ ਕੋਲ ਲੈ ਚੁੱਕਾ। ਇਹਨੇ ਆਪਣਾ shaadi.com 'ਤੇ ਸਟੇਟਸ ਪਾਇਆ ਹੋਇਆ ਕਿ ਮੈਂ ਕੈਨੇਡਾ ਦਾ ਸਿਟੀਜ਼ਨ ਹਾਂ ਔਰ ਮੈਂ ਸ਼ਾਦੀ ਕਰਾਉਣੀ ਆ, ਸ਼ਾਦੀ ਕਰਾਉਣ ਤੋਂ ਬਾਅਦ ਮੈਂ ਉਹਨੂੰ ਕੈਨੇਡਾ ਵਿੱਚ ਲੈ ਜਾਊਂਗਾ। ਮੈਂ ਟੋਇਟਾ ਕੰਪਨੀ ਦੇ ਵਿੱਚ ਮਿਸੀਸਾਗਾ ਕੈਨੇਡਾ ਦੇ ਵਿੱਚ ਸਰਵਿਸ ਕਰਦਾ ਹਾਂ ਅਤੇ ਮੇਰੀ ਰਿਹਾਇਸ਼ ਲੁਧਿਆਣਾ ਵਿੱਚ ਆ, ਜੋ MBD ਮੌਲ ਲੁਧਿਆਣਾ ਵਿੱਚ ਜ਼ਿਆਦਾਤਰ ਮਿਲਦਾ ਸੀ, ਅਤੇ ਇਸ ਦੇ ਨਾਲ ਨਾਲ ਵੀ ਸਾਡੇ ਗ੍ਰਾਇਆਂ ਸ਼ਹਿਰ ਦੇ ਵਿੱਚ ਇੱਕ ਨਾਮੀ ਹੋਟਲ ਦੇ ਵਿੱਚ ਆ ਕੇ ਵੀ ਇਹ ਠਹਿਰਦਾ ਸੀ, ਜਿੱਥੇ ਇਹ ਲੜਕੀਆਂ ਨੂੰ ਟਾਈਮ ਦਿੰਦਾ ਸੀ। ਉੱਥੇ ਮਿਲਣ ਉਪਰੰਤ ਉਹਨਾਂ ਦਾ ਇਹ ਜੋ ਇਕਨੋਮਿਕਲੀ ਔਰ ਫਿਜ਼ੀਕਲੀ ਜੋ ਸ਼ੋਸ਼ਣ ਕਰਦਾ ਰਿਹਾ, ਜਿਸ ਵਿੱਚ ਹੁਣ ਤੱਕ ਇਹਨੂੰ ਅਸੀਂ ਗ੍ਰਿਫਤਾਰ ਕਰਨ ਤੋਂ ਬਾਅਦ ਜੋ ਲੜਕੀਆਂ ਨਾਲ ਇਹ ਇਸ ਤਰ੍ਹਾਂ ਕਰ ਚੁੱਕਾ ਹੈ ਚੀਟਿੰਗ, ਜਿਸ ਦੀ ਗਿਣਤੀ ਕੋਈ 50 ਤੋਂ ਉੱਪਰ ਹੋ ਚੁੱਕੀ ਹੈ। ਕਿ ਉਹ ਇਸ ਦਾ ਇਹ ਤਰੀਕਾ ਵਾਰਦਾਤ ਇਹ ਹੈ ਕਿ ਪਹਿਲਾਂ ਉਹਨਾਂ ਨੂੰ ਇਹ ਇਮੋਸ਼ਨਲ ਬਲੈਕਮੇਲ ਕਰਦਾ ਆ, ਫਿਰ ਉਹਨਾਂ ਕੋਲੋਂ ਇਹ ਨਕਦ ਪੈਸੇ ਲੈ ਲੈਂਦਾ ਅਤੇ ਆਪਣੇ ਅਕਾਊਂਟ ਵਿੱਚ ਜਮ੍ਹਾਂ ਕਰਕੇ ਫਿਰ ਉਹਨਾਂ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਜਿਹੜਾ ਕੰਟੈਕਟ ਬੇਸ 'ਤੇ ਮੈਰਿਜ ਕਰਾਂਗਾ ਅਤੇ ਤੁਸੀਂ ਮੈਨੂੰ ਕੈਨੇਡਾ ਤੁਸੀਂ ਲੈ ਕੇ ਜਾਓਗੇ। ਜਦਕਿ ਇਹਦਾ ਅਸਲ ਨਾਮ ਜੋ ਹਰਪਾਲ ਸਿੰਘ ਸਨ ਆਫ
अंग्रेज सिंह वासी पिंड बीला थाना टल्लेवाल जिला बरनाला है, जो इसने अपनी आई डी हरमन सिंह उर्फ हैरी दे नाम ते एक आधार कार्ड बनाया होया, एक कोविड शीट बनाई हुई है, अते इस दी गिरफ्तारी तो बाद इस दे कब्जे विचों एक इंडियन पासपोर्ट मिलिया, जिस उपरे अज तक कदे भी कैनेडा नहीं जा गया, ना ही इहदा कैनेडा दा वीजा लग्या। जो इहदा पासपोर्ट चैक कीता उहदे विच पाया गया कि यह मलेशिया देश गया जां इह दो वारी दुबई तक गया आ। ये कई लड़कियां नूं दुबई विच भी घुमा के लैके आया और इसका यह रोजाना का काम आ। ये वख-वख शहरां दे विच जो साढ़े कोल हुण तक लड़कियां संपर्क विच आईयां, इसका जो फोन आ फोन उत्ते एक दिन विच 35-40 तों लड़कियां दे फोन कॉल्स आ रही हैं। और एक लड़की जो हुण कैनेडा जा चुकी आ, इस दे जाल विच फस गई सी, जो बेसिकली हुशियारपुर तों रहण वाली सी, उसने अपनी लैक्चरर दी नौकरी भी इस दे पिछे छड्ड दित्ती और फिर इन्हें उस कोलों 6 लाख रुपया नकद लै लिया। और वह कैनेडा जाण तों बाद इन्हें उन्होंने खिलाफ कंप्लेंट फाइल करके फिर उन्होंने को कंप्रोमाइज़ करके 5 लाख रुपया वसूल लिया। होर एक लड़की कोई जगरावां बैंक इंप्लॉई आ, उहदे नाल भी इन्हें चीटिंग की आ। दो लड़कियां मोगे दियां ने, एक लड़की अमृतसर दी आ, दो तीन लड़कियां जलंधर दियां ने। चंडीगढ़ दे विच एक फिजियोथरैपिस्ट लड़की आ, उस नाल भी इन्हें सेम जिहड़ी आ इहदी तरीका वारदात आ। ये दो लड़कियां जो नर्सिंग दा कोर्स कर रही हैं दिल्ली दे विच, उन्हां दा वो भी इहदे संपर्क विच है। और लुधियाणे तों भी काफ़ी लड़कियां इहदे संपर्क विच आ, जो हुण तक ये साढ़े कोल पुलिस रिमांड ते आ, अगे इहदी इन्वेस्टिगेशन चल रही आ। और मैं तुहाडे माध्यम राहीं ये कहना चाहुंदा, अपील करदा कि जो लड़कियां shaadi.com ते सोशल साइट दे उत्ते इहो जिहे ठगां कोलों अपने आप नूं बचा के रखण, और किसी नाल कोई shaadi.com ते संपर्क करदे आ वो अपने पेरेंट्स नाल लैके उन्हां बारे वेरीफिकेशन करन। वेरीफिकेशन करन तों बाद ही वो अपना डिसाइड करन, इन्हां नूं इकल्लियां नूं कदे भी किते भी जाके इन्हां नाल मीटिंग ना करन। इहदे कोलों एक सानूं वरना कार रिकवर हुई आ, वह भी किसी लड़की नाल चीटिंग करके उन्हां पैसों की इन्हें कार खरीदी है। और इस कोलों दो आईफोन मिले ने, एक सैमसंग का फोन मिलया, एक पासपोर्ट मिलया, एक इहदा जाली जो 5 साल का वीज़ा इन्हें कैनेडा अपने आप ही तैयार किया आ, जिसने पुछगिछ दौरान मन्निया कि यह वीज़ा मैं गूगल साइट तो अपलोड करके अपने आप उसका प्रिंट तैयार किया आ। और वो ये लड़कियां नूं अगे दिखाउंदा सी कि आ मैं मेरा देख लो 2023 तो लैके 2028 तक 5 साल का मेरे को कैनेडा का वीज़ा वा, मैं हुण उत्थे PR होण वाला आ, तो मैं तुहानूं कैनेडा मैरिज करके लै जावांगा। जबकि बेसिकली ये बरनाले का रहन वाला आ, और जो इसकी मैरिज हुई सी उस नाल भी इहदा तलाक का केस चल रहा आ। इहदियां दो सिस्टर ने, इस तों छोटियां ने, इहदी एज 35 साल है, और एक दा कोई होर रुजगार नहीं करदा, बिल्कुल वेलड ते ठग किस्म दा आदमी आ, वख-वख लड़कियां नूं सबजबाग विखाउंदा आ, ते इसी तरह उहनां दे कोलों पैसे खांदा, चीटिंग करदा। और हुण वी कई लड़कियां साडे पास थाणा विच पहुँच के आ रहियां ने, जिवें जिवें उहनां नूं कोई न्यूज़ प्राप्त हुंदी आ। और असीं उहनां नूं होर वी इहदे फोन ते जो कॉल्स आ रहियां उहनां नूं असीं काफ़ी आगाह कर रहे हां कि ये ठग ये आदमी इस पासों बचो।